The Chandigarh police seized cash worth rupees 30 lakh and 2.5 kilograms of gold from the residence of a tailor in Chandigarh. Acting on a tip-off, the Enforcement Directorate conducted a raid and gave details of the incident. ਇਹਨਾਂ ਦੇ ਘਰ ਤੋਂ ਹੋਈ ਹੈ ਜੀ ਇਹ ਮਹਾਰਾਜਾ ਟੇਲਰ ਵਾਲੇ ਹੈਗੇ ਆ ਬਾਈ ਸੈਕਟਰ ਦੇ ਵਿੱਚ ਦੁਕਾਨ ਆ ਉਹਨਾਂ ਦੀ ਮੋਹਾਲੀ ਇਹਨਾਂ ਦਾ ਘਰ ਹੈਗਾ ਉੱਥੋਂ ਸਾਨੂੰ ਮਿਲੀ ਹੈ ਚ 30 ਲੱਖ ਦੇ ਕਰੀਬ ਦੀ ਕਰੰਸੀ ਹੈ ਜਿਹੜੀ ਕਿ 2000 ਦੇ 100 ਦੇ 50 ਦੇ 20 ਦੇ 2.5 ਕਿਲੋ ਸੋਨਾ ਮਿਲਿਆ ਸਾਨੂੰ ਦੇ ਅੰਦਰ ਹਮਨੇ 2000 ਦੇ ਮੁੱਲ ਦੇਖਾ ਤੋਂ ਹਮਾਰੇ 2000 ਕੇ ਨੋਟ 100 ਕੇ ਔਰ 20 ਕੇ ਔਰ 50 ਕੇ ਔਰ 2.5 ਕਿਲੋ ਜੋ ਹੈ ਸੋਨਾ